ਨਮਸਕਾਰ ਸਾਥੀਓ, ਉਮੀਦ ਕਰਦੇ ਹਾਂ ਸਭ ਰਾਜ ਖੁਸ਼ੀ ਹੋਵੋਗੇ ਜੀ। ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ, ਤਾਂ ਕਿ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਸੋ ਅੱਜ ਅਸੀਂ ਤੁਹਾਨੂੰ ਕੇਸ ਦਿਖਾ ਰਹੇ ਹਾਂ ਪ੍ਰੋਲੈਪਸ ਦਾ, ਭਾਰ ਦਾ ਪੈਣਾ। ਸੋ ਡਿਲੀਵਰੀ ਦੇ ਵਿੱਚ ਇੱਕ ਮਹੀਨੇ ਦਾ ਵਕਤ ਰਹਿ ਚੁੱਕਿਆ ਜੀ। ਸੋ ਟ੍ਰੀਟਮੈਂਟ ਦੇ ਤੌਰ 'ਤੇ ਅੱਜ ਆਏ ਹਾਂ ਐਂਡਰੋਫਲੋਕਸਨ 10 ml IM ਲਾਵਾਂਗੇ, 10% ਐਂਟਾਸੈਪਟ ਹੈ ਜੋ 562 ਅਤੇ ਪੋਲੀਮਨ 2 ml IM ਲਾਵਾਂਗੇ। ਲਗਾਤਾਰ 3 ਦਿਨ ਟ੍ਰੀਟਮੈਂਟ ਕਰਾਂਗੇ। ਸ਼ੱਕਰ ਭਿਉਂ ਕੇ ਸ਼ਾਮ ਨੂੰ ਸਵੇਰੇ ਖਵਾਉਣੀ ਹੈ ਜੀ, 20 ਤੋਂ 25 ਗ੍ਰਾਮ। ਅਤੇ ਮਹਿੰਦੀ ਦੇ ਪੱਤੇ ਦੇ ਸਕਦੇ ਹਾਂ ਜਿੰਨੀ ਕੁ ਪਸ਼ੂ ਦੀ ਕੰਪੈਸਿਟੀ ਹੈ। ਸੋ ਦਹੀਂ ਦੇ ਵਿੱਚ ਐਲੋਵੀਰਾ 100 ਗ੍ਰਾਮ ਦਹੀਂ ਅਤੇ 15 ਤੋਂ 20 ਗ੍ਰਾਮ ਐਲੋਵੀਰਾ ਪਾ ਕੇ ਜਾਨਵਰ ਨੂੰ ਦੇ ਸਕਦੇ ਹਾਂ ਜੀ। ਸੋ ਕਿ ਭਾਰ ਦੇ ਵਿੱਚ ਬਹੁਤ ਹੀ ਵਧੀਆ ਅਤੇ ਪਰਫੈਕਟ ਰਿਜ਼ਲਟ ਆਵੇਗਾ। ਸੋ ਵੀਡੀਓ ਦੇਖਣ ਦੇ ਲਈ ਧੰਨਵਾਦ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ। ਧੰਨਵਾਦ।